ਬਚੰਤ ਕਰਦੀ ਪੁਸਤਕ ਕਾਗਜ਼ ਕਲਮ ਤੇ ਚਿੱਤਰ ਦਾ ਅਗਲਾ ਲੇਖ ਹੈ ਤਾਂਗੀ ਵਾਲੀ ਵਿਦਿਆਰਥਣ ਦਲੀਪਕੌਰ ਟਿਵਾਣਾ ਡਾਕਟਰ ਦਲੀਪਕੌਰ ਟਿਵਾਣਾ ਨਾਲ ਮੇਰੀ ਸਰਸਰੀ ਜੀ ਜਾਣ ਪਛਾਨ ਤਾਂ 1950-51 ਤੋਂ ਸੀ ਜਦੋਂ ਅਸੀਂ ਦੋਵੇਂ ਇੱਕੋ ਸਕੂਲ 'ਚ ਪੜ੍ਹਦੀਆਂ ਸੀ ਭਾਵ ਵਿਕਟੋਰੀਆ ਗਰਲਸ ਹਾਈ ਸਕੂਲ ਪਟਿਆਲਾ ਵਿੱਚ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਮੈਂ ਸਕੂਲ ਆਉਣ ਲਈ ਕਿੰਨੀਆਂ ਹੀ ਭੀੜੀਆਂ ਗਲੀਆਂ ਚੋਂ ਲੰਘਦੀ ਹੋਈ ਆਪਣੇ ਸਕੂਲ ਪਹੁੰਚਦੀ ਸੀ ਤੇ ਦਲੀਪਕੌਰ ਟਿਵਾਣਾ ਚਿੱਟੇ ਦੁੱਧ ਪਰਦਾ ਲੱਗੇ ਤਾਂਗੇ 'ਚ ਬੈਠ ਕੇ ਸਕੂਲ ਆਉਂਦੀ ਹੁੰਦੀ ਸੀ ਕਦੇ-ਕਦੇ ਤਾਂਗੇ ਪਿੱਛੇ ਲੱਗੀ ਚਾਦਰ ਦਾ ਰੰਗ ਅੰਬਰੀ ਵੀ ਹੁੰਦਾ ਸੀ ਇਹਨਾਂ ਦੀ ਚਿੱਟੀ ਸਾਟਨ ਦੀ ਸਲਵਾਰ ਤੇ ਬੂਟੀਆਂ ਵਾਲੀ ਕਮੀਜ਼ ਵਾਲਾ ਦ੍ਰਿਸ਼ ਮੈਨੂੰ ਅਜੇ ਵੀ ਜਿਉਂਦਾ ਤਿਉਂ ਯਾਦ ਹੈ ਮੈਂ ਉਹਨਾਂ ਦਿਨਾਂ 'ਚ ਚੌਥੀ ਕਲਾਸ ਦੀ ਵਿਦਿਆਰਥਣ ਸੀ ਤੇ ਦਲੀਪਕੌਰ ਟਿਵਾਣਾ ਐਫਏ 'ਚ ਪੜਦੀ ਸੀ ਇਸੇ ਸਮੇਂ ਦੋ ਹੋਰ ਸਖੀਆਂ ਪੈਣਾ ਜਿਨ੍ਹਾਂ ਦੇ ਨਾਂ ਸਨ ਕਸ਼ਮੀਰ ਤੇ ਗਵਰਨਰ ਬੇहद ਖੂਬਸੂਰਤ ਦਲੀਪਕੌਰ ਦੀਆਂ ਸਖੀਆਂ ਸਨ ਇਹ ਤਿੰਨੇ ਐਨੀਆਂ ਸੋਹਣੀਆਂ ਸੁਨਖੀਆਂ ਸਨ ਜਿਵੇਂ ਅੰਬਰੋਂ ਉੱਤਰੀਆਂ ਭਰੀਆਂ ਹੋਣ ਤਿੰਨਾਂ ਦੀਆਂ ਤਿੰਨੇ ਬਹੁਤ ਅਮੀਰ ਘਰਾਣਿਆਂ ਚੋਂ ਸਨ ਦਲੀਪਕੌਰ ਦੇ ਵਾਣਾ ਦੇ ਫੁੱਫੜ ਉਸ ਸਮੇਂ ਆਈ ਜੀ ਸਨ ਤੇ ਉਹਨਾਂ ਦਾ ਰੋਬ ਤਬਾ ਤਬਾ ਪ੍ਰਾਰਥਨਾ ਸਮੇਂ ਐਫਏ ਦੀਆਂ ਕੁੜੀਆਂ ਦੇ ਸਾਹਮਣੇ ਵਾਲੀ ਕਤਾਰ 'ਚ ਅਸੀਂ ਛੋਟੀਆਂ ਕਲਾਸਾਂ ਦੀਆਂ ਵਿਦਿਆਰਥਣਾਂ ਖੜੀਆਂ ਹੁੰਦੀਆਂ ਪਰ ਮੇਰਾ ਤੇ ਮੇਰੀ ਇੱਕ ਸਖੀ ਅਮਰੋ ਦਾ ਧਿਆਨ ਪ੍ਰਾਰਥਨਾ ਕਰਨ 'ਚ ਘੱਟ ਤੇ ਨਾ ਤਿੰਨਾਂ ਸ਼ੋਕੀਨ ਤੇ ਸੋਹਣੀਆਂ ਕੁੜੀਆਂ ਦੇ ਕੱਪੜਿਆਂ ਤੇ ਸੈਂਡਲਾਂ ਵੱਲ ਜ਼ਿਆਦਾ ਹੁੰਦਾ ਸੀ ਸਕੂਲ ਲੱਗਣ ਤੋਂ ਅੱਧਾ ਘੰਟਾ ਪਹਿਲਾਂ ਸਕੂਲ ਪਹੁੰਚ ਕੇ ਅਸੀਂ ਬਹੁਤੀਆਂ ਕੁੜੀਆਂ ਆਪਣੀ ਆਪਣੀ ਸਖੀ ਸਹੇਲੀ ਨਾਲ ਜੋਟੀ ਬਣਾ ਸਕੂਲ ਦੇ ਛੋਟੇ ਜਿਹੇ ਲਾਂਚ ਘੁੰਮਦੀਆਂ ਉਸ ਸਮੇਂ ਦੇ ਮਸ਼ਹੂਰ ਫਿਲਮੀ ਗਾਣੇ ਗਾਉਂਦੀਆਂ ਜਿਨ੍ਹਾਂ ਚੋਂ ਇੱਕ ਗੀਤ ਮੈਨੂੰ ਅਜੇ ਵੀ ਯਾਦ ਹੈ ਜੋ ਉਸ ਸਮੇਂ ਸਾਰਿਆਂ ਦੀ ਜ਼ੁਬਾਨ ਤੇ ਚੜਿਆ ਹੋਇਆ ਸੀ ਹਵਾ ਵਿੱਚ ਉੜਦਾ ਜਾਏ ਮੋਰਾ ਲਾਲ ਦੁਪੱਟਾ ਮਲਮਲ ਕਾ ਜੀ ਮੋਰਾ ਲਾਲ ਦੁਪੱਟਾ ਮਲਮਲ ਕਾ ਹੋ ਜੀ ਹੋ ਜੀ ਇਧਰ ਉਧਰ ਲਹਿਰਾਏ ਮੋਰਾ ਲਾਲ ਦੁਪੱਟਾ ਮਲਮਲ ਕਾ ਜੀ ਮੋਰਾ ਲਾਲ ਦੁਪੱਟਾ ਮਲਮਲ ਕਾ ਹੋ ਜੀ ਹੋ ਜੀ ਫਰਫਰ ਕਰਕੇ ਉਡੇ ਚੁੰਨੀਆ ਜੀਆ ਡਗਮਗ ਡੋਲੇ ਹੋ ਜੀ ਆ ਡਗਮਗ ਡੋਲੇ ਸਰਸਰ ਕਰਕੇ ਉੜੇ ਚੁੰਨਰੀਆ ਘੁੰਗਟ ਮੋਰਾ ਖੋਲੇ ਹੋ ਘੁੰਗਟ ਮੋਰਾ ਖੋਲੇ ਹਵਾ ਮੇ ਉੜਦਾ ਜਾਏ ਮੋਰਾ ਲਾਲ ਦੁਪੱਟਾ ਮਲਮਲ ਕਾ ਹੋ ਜੀ ਹੋ ਜੀ ਇਸੇ ਤਰ੍ਹਾਂ ਹੋਰ ਵੀ ਕਈ ਗੀਤ ਸਨ ਜੋ ਉਹਨਾਂ ਦਿਨਾਂ ਚ ਸ਼ੌਕੀਨ ਮੁੰਡੇ ਸਾਈਕਲਾਂ ਉੱਤੇ ਚੜੇ ਕੁੜੀਆਂ ਨੂੰ ਛੇੜਦੇ ਸੜਕਾਂ ਤੇ ਗਾਉਂਦੇ ਫਿਰਦੇ ਇੱਕ ਹੋਰ ਗੀਤ ਜਿਹਨੂੰ ਅਕਸਰ ਮੁੰਡਿਆਂ ਦੇ ਮੂੰਹੋਂ ਗਾਉਂਦੇ ਸੁਣਦੀ ਰਹਿੰਦੀ ਸੀ ਤੇਰੇ ਨੈਣੋਂ ਨੇ ਚੋਰੀ ਕੀਆ ਮੇਰਾ ਛੋਟਾ ਸਾਜੀਆ ਪਰਦੇਸੀਆ ਹਾਏ ਤੇਰੇ ਨੈਣੋਂ ਨੇ ਸ਼ਾਇਦ ਉਹਨਾਂ ਦਿਨਾਂ ਚ ਪੜਾਕੂ ਮੁੰਡਿਆਂ ਲਈ ਇਹ ਹੀ ਸਭ ਤੋਂ ਵੱਧ ਦਿਲ ਲੱਗੀ ਸੀ ਜਾਂ ਫਿਰ ਕੋਲੋਂ ਲੰਘਦੀ ਕੁੜੀ ਨੂੰ ਅੱਖ ਮਾਰ ਕੇ ਲੰਘਣਾ ਉਹ ਤੋਂ ਮੁੰਡਿਆਂ ਦਾ ਸ਼ੌਕ ਹੁੰਦਾ ਸੀ 1995 ਚ ਜਦੋਂ ਮੈਂ ਪੈਰਿਸ ਵੇਖਣ ਲਈ ਫਰਾਂਸ ਗਈ ਉਥੇ ਹਰ ਬੰਦਾ ਜੋ ਸਾਨੂੰ ਵਿਸ਼ ਕਰਨਾ ਚਾਹੁੰਦਾ ਪਹਿਲਾਂ ਅੱਖ ਮਾਰਦਾ ਜਿਹਨੂੰ ਮੈਂ ਤੇ ਮੇਰੀ ਸਖੀ ਤਜਿੰਦਰ ਕੌਰ ਬਹੁਤ ਬੁਰਾ ਮੰਨਦੀ ਆਂ ਦਰਸਲ ਉਹਦੋਂ ਸਾਨੂੰ ਫਰਾਂਸ 'ਚ ਮਾਰਨ ਵਾਲੀ ਅੱਖ ਦਾ ਮਤਲਬ ਨਹੀਂ ਸੀ ਪਤਾ ਫਰਾਂਸ 'ਚ ਅੱਖ ਮਾਰਨ ਦਾ ਮਤਲਬ ਇੱਕ ਸਤਕਾਰ ਵਜੋਂ ਲਿਆ ਜਾਂਦਾ ਹੈ ਪਰ ਅਸੀਂ ਦੋਵੇਂ ਸਖੀਆਂ ਫਰਾਂਸ ਵਾਲੀ ਅੱਖ ਮਾਰਨ ਨੂੰ ਪਟਿਆਲੇ ਵਾਲੇ ਸ਼ਰਾਰਤੀ ਮੁੰਡਿਆਂ ਵਾਲੀ ਅੱਖ ਸਮਝ ਬੈਠੇ ਹਾਂ ਜਿਸ ਕਰਕੇ ਸਾਨੂੰ ਉੱਥੇ ਜਾ ਕੇ ਕੁਝ ਔਖ ਵੀ ਚੱਲਣੀ ਪਈ ਖੈਰ ਵਿਕਟੋਰੀਆ ਗਰਲਸ ਹਾਈ ਸਕੂਲ ਵਿੱਚ ਪੜ੍ਹਦੀ ਐਫ.ਏ ਦੀ ਵਿਦਿਆਰਥਣ ਦਲੀਪ ਕੌਰ ਤੇ ਉਹਦੀਆਂ ਦੋ ਸਖੀਆਂ ਤਿੰਨਾਂ ਨੂੰ ਮੈਂ ਤੇ ਮੇਰੀ ਇੱਕ ਹੋਰ ਸਹੇਲੀ ਦਲਜੀਤ ਹਮੇਸ਼ਾ ਕੋਲ ਕੋਲ ਹੋ ਕੇ ਦੇਖਣ ਲਈ ਟਾਂਗਦੀਆਂ ਰਹਿੰਦੀਆਂ ਖਾਸ ਕਰਕੇ ਦਲੀਪ ਘੋਟੇਵਾਣਾ ਨੂੰ ਕਿਉਂਕਿ ਇਹਨਾਂ ਤੋਂ ਇਲਾਵਾ ਸਾਡੇ ਸਕੂਲ ਹੋਰ ਵੀ ਕੋਈ ਕੁੜੀ ਪਰਦੇ ਵਾਲੇ ਟਾਂਗੇ 'ਚ ਬੈਠ ਕੇ ਸਕੂਲ ਨਹੀਂ ਸੀ ਆਉਂਦੀ ਕਦੇ-ਕਦੇ ਤਿੰਨੇ ਸੋਹਣੀਆਂ ਸੁਨੱਖੀਆਂ ਸਖੀਆਂ ਇੱਕੋ ਟਾਂਗੇ 'ਚ ਬੈਠ ਕੇ ਘਰਾਂ ਨੂੰ ਜਾਂਦੀਆਂ ਮੈਨੂੰ ਯਾਦ ਹੈ ਡਾਕਟਰ ਦਲੀਪ ਘੋਟੇਵਾਣਾ ਦੀ ਲੰਬੇ ਭਾਰੇ ਲੰਬੀ ਭਾਰੇ ਵਾਲਾਂ ਵਾਲੀ ਸੋਹਣੀ ਜੀ ਗੁੱਤ ਜੋ ਅੱਜ ਵੀ ਉਵੇਂ ਦੀ ਉਵੇਂ ਹੀ ਹੈ ਮੈਂ ਹੁਣ ਵੀ ਜਦੋਂ ਉਹਨਾਂ ਨੂੰ ਮਿਲਦੀਆਂ ਉਹਨਾਂ ਨੇ ਹਮੇਸ਼ਾ ਗੋਤੀ ਕੀਤੀ ਹੁੰਦੀ ਹੈ ਜਿਵੇਂ ਸਾਦਾ ਜਿਹਾ ਉਹਨਾਂ ਦਾ ਪਹਿਰਾਵਾ ਹੁੰਦਾ ਉਵੇਂ ਹੀ ਸਾਫ਼ ਤੇ ਸਪਸ਼ਟ ਉਹਨਾਂ ਦੀ ਗੱਲਬਾਤ ਹੁੰਦੀ ਹੈ ਮੈਂ ਅਕਸਰ ਜਦੋਂ ਪਟਿਆਲੇ ਆਪਣੇ ਮਾਪਿਆਂ ਤੇ ਭੈਣ ਭਾਈਆਂ ਨੂੰ ਮਿਲਣ ਜਾਂਦੀ ਹਾਂ ਤਾਂ ਦਲੀਪਕੌਰ ਟਿਵਾਣਾ ਨੂੰ ਮਿਲਣ ਦੀ ਪੂਰੀ ਕੋਸ਼ਿਸ਼ ਕਰਦੀ ਹਾਂ ਭਾਵੇਂ ਮੇਰੇ ਕੋਲ ਅੱਧਾ ਘੰਟਾ ਵਕਤ ਹੋਵੇ ਭਾਵੇਂ 15 ਮਿੰਟ ਹੀ ਕਿਉਂ ਨਾ ਹੋਣ ਅਸੀਂ 2-2 ਘੰਟੇ ਵੀ ਕਈ ਵਾਰ ਇਕੱਠੀਆਂ ਬੈਠੀਆਂ ਪਰ ਸਾਡੀਆਂ ਗੱਲਾਂ ਹਮੇਸ਼ਾ ਅਧੂਰੀਆਂ ਹੀ ਰਹਿ ਜਾਂਦੀਆਂ ਹਨ ਵਕਤ یوں ਲੰਘ ਜਾਂਦਾ ਜਿਵੇਂ ਵਹਿੰਦੇ ਪਾਣੀ ਦੀ ਠੰਡੀ ਸ਼ੀਤਲ ਜੀ ਕੋਈ ਛਲ ਮਨ ਨੂੰ ਕੁਝ ਅਜਬ ਜਿਹਾ ਸਰੂਰ ਦੇ ਕੇ ਬਿੰਦ ਭਰ ਚੀ ਮੁੜ ਜਾਂਦੀ ਹੋਵੇ ਵਕਤ ਵੀ ਤਾਂ ਇੱਕ ਵਹਿੰਦਾ ਪਾਣੀ ਹੈ ਜੋ ਲੰਘਿਆ ਸੋ ਲੰਘ ਗਿਆ ਅਸੀਂ ਸਦਾ ਇਹੀ ਸੋਚਦਿਆਂ ਕਿ ਇੱਕ ਰਾਤ ਦੋਵੇਂ ਇਕੱਠੀਆਂ ਰਹੀਏ ਤੇ ਵਿਹੜੇ 'ਚ ਮੰਜੇ ਢਾਕੇ ਰਾਤ ਭਰ ਗੱਲਾਂ ਕਰਦੀਆਂ ਰਹੀਏ ਉੱਤੋਂ ਦਰਖਤਾਂ ਦੀ ਠੰਡੀ ਠੰਡੀ ਹਵਾ ਵਗਦੀ ਹੋਵੇ ਤੇ ਤਾਰਿਆਂ ਭਰੀ ਹੋਵੇ ਰਾਤ ਅੱਜਕੱਲ੍ਹ ਤਾਰਿਆਂ ਪਰੇੰਬਰ ਹੀਟ ਸੌਣਾ ਜਿਵੇਂ ਪਿਛਲੇ ਜਨਮਾਂ ਦੀ ਹੀ ਗੱਲ ਲੱਗਦੀ ਹੈ ਸਾਡੇ ਬੱਚੇ ਵੀ ਇਹ ਗੱਲਾਂ ਸੁਣ ਸੁਣ ਹੈਰਾਨ ਹੁੰਦੇ ਹਨ ਤੇ ਅੱਗੋਂ ਤੋਂ ਕੋਠਿਆਂ ਤੇ ਸੌਣ ਦੀਆਂ ਗੱਲਾਂ ਗਲੀਆਂ 'ਚ ਮੰਜੇ ਟਾਉਣ ਦੀਆਂ ਗੱਲਾਂ ਮਾਂ ਮਾਂ ਦਾਦੀਆਂ ਦੀਆਂ ਰਾਤ ਨੂੰ ਰਾਤਾਂ ਨੂੰ ਸੌਣ ਸਮੇਂ ਬਾਤਾਂ ਸੁਣਾਉਣ ਦੀਆਂ ਗੱਲਾਂ ਜਿਵੇਂ ਸਭ ਕੁਝ ਅਜਿਹਾ ਵੀ ਲੱਗਣ ਲੱਗੇਗਾ ਇੱਕ ਰਾਤ ਐਸੀ ਆਈ ਜ਼ਰੂਰ ਸੀ 1975 'ਚ ਜਦੋਂ ਅਸੀਂ ਦੋਵੇਂ ਇਕੱਠੀਆਂ ਇੱਕੋ ਕਮਰੇ 'ਚ ਇੱਕ ਬੈੱਡ ਤੇ ਸੁੱਤੀਆਂ ਸੀ ਤੇ ਸੱਚਮੁੱਚ ਰਾਤ ਭਰ ਸਾਡੀਆਂ ਦੋਹਾਂ ਦੀਆਂ ਗੱਲਾਂ ਨਹੀਂ ਸੀ ਮੁੱਕੀਆਂ ਹੈਰਾਨੀ ਦੀ ਗੱਲ ਏ ਕਿ ਡਾਕਟਰ ਦਲੀਪ ਕੌਰ ਟਿਵਾਣਾ ਤੇ ਮੈਂ ਹਾਨੋ-ਹਾਨੀ ਤਾਂ ਨਹੀਂ ਸੀ ਉਹਨਾਂ ਦੀ ਛੋਟੀ ਭੈਣ ਗੁਰਸ਼ਰਨ ਵੀ ਮੇਰੇ ਕੋਲੋਂ ਥੋੜੀ ਜਿਹੀ ਉਮਰ 'ਚ ਵੱਡੀ ਹੋएगी ਜੋ ਮੇਰੀ ਸਿੰਘ ਸਭਾ ਸਕੂਲ ਪਟਿਆਲੇ 'ਚ ਜਮਾਤਨ ਵੀ ਰਹੀ ਪਰ ਗੁਰਸ਼ਰਨ ਤੇ ਮੇਰੀ 1951 ਪਿੱਛੋਂ ਅੱਜ ਤੱਕ ਇੱਕੋ ਮੁਲਾਕਾਤ ਹੋਈ ਉਹ ਵੀ ਕੁਝ ਮਿੰਟਾਂ ਲਈ ਹੀ ਇੱਕ ਸਮੇਂ ਜਦੋਂ ਮੈਂ ਤੇ ਗੁਰਸ਼ਰਨ ਦੋਵੇਂ ਜਮਾਤਣਾ ਸੀ ਤਾਂ ਦਲੀਪਕੌਰ ਟਿਵਾਣਾ ਦੀ ਕੋਠੀ ਪਟਿਆਲੇ ਲੀਲਾ ਭਵਨ ਕੋਲ ਹੁੰਦੀ ਸੀ ਸ਼ਾਇਦ ਇਹ ਕੋਠੀ ਅਜੇ ਵੀ ਉਹਨਾਂ ਕੋਲ ਹੀ ਹੈ 1952 ਚ ਮੈਂ ਆਪਣੇ ਵਿਆਹ ਪਿਛੋਂ ਦਿੱਲੀ ਆ ਗਈ ਤਾਂ ਗੁਰਸ਼ਰਨ ਮੇਰੇ ਨਾਲ ਟੈਲੀਫੋਨ ਤੇ ਗੱਲ ਕਰਨ ਲਈ ਤੰਗਦੀ ਕਿਉਂਕਿ 1952 ਚ ਵੀ ਉਹਨਾਂ ਦੇ ਘਰ ਟੈਲੀਫੋਨ ਲੱਗਿਆ ਹੋਇਆ ਸੀ ਪਰ ਮੈਨੂੰ ਤਾਂ ਉਸ ਸਮੇਂ ਜਿਵੇਂ ਸਿਰਫ ਟੈਲੀਫੋਨ ਦੇ ਨਾਮ ਦਾ ਹੀ ਪਤਾ ਸੀ ਸਮੇਂ ਦੀ ਲੰਬੀ ਛਲਾਂਗ ਤੋਂ ਕੋਈ 27-28 ਬਰੇ ਬਾਅਦ ਇੱਕ ਵਾਰੀ ਡਾਕਟਰ ਦਲੀਪ ਕੌਰ ਮੈਨੂੰ ਦਿੱਲੀ ਇੱਕ ਸਾਇਂਤਿਕ ਸਭਾ 'ਚ ਮਿਲੀ ਤਾਂ ਇਹ ਕਿਸੇ ਬਚਨਤ ਕੌਰ ਨੂੰ ਨਹੀਂ ਸੀ ਜਾਣਦੀ ਪਛਾਣਦੀ। ਮਹਿੰਦਰ ਸਿੰਘ ਸਰਨਾ ਦੀ ਕਹਾਣੀ ਆਲੂ ਬਾਰੇ ਗੱਲ ਚੱਲ ਰਹੀ ਸੀ। ਇਹ ਕਹਾਣੀ ਮੈਂ ਆਪਣੇ ਕਿਸੇ ਕੋਰਸ ਦੀ ਕਲਾਸ 'ਚ ਪੜ੍ਹੀ ਹੋਈ ਸੀ। ਡਾਕਟਰ ਟਿਵਾਣਾ ਤੇ ਸਰਨਾ ਜੀ ਇਸ ਕਹਾਣੀ 'ਤੇ ਗੱਲਬਾਤ ਕਰ ਰਹੇ ਸਨ ਕਿਉਂਕਿ ਇਹ ਕਹਾਣੀ ਮੈਂ ਵੀ ਪੜ ਚੁੱਕੀ ਸੀ। ਇਸ ਕਰਕੇ ਮੇਰੀ ਇਹਨਾਂ ਦੀ ਗੱਲਬਾਤ 'ਚ ਦਿਲਚਸਪੀ ਹੋਣੀ ਕੁਦਰਤੀ ਸੀ। ਮੈਚੇ ਚੱਕਦਿਆਂ ਹੋਇਆ ਸਰਨਾ ਸਰ ਦੇ ਕੋਲ ਨੂੰ ਹੁੰਦਿਆਂ ਕਿ ਸਰਨਾ ਜੀ ਕਹਾਣੀ ਤਾਂ ਤੁਹਾਡੀ ਬਹੁਤ ਸੋਹਣੀ ਹੈ ਪਰ ਨਾ ਤੁਸੀਂ ਕੀ ਰਖਿਆ ਆਲੂ ਇਹ ਵੀ ਕੋਈ ਨਾਮ ਆ ਗੋ ਦਲੀਪਕੌਰ ਜੀ ਝੱਟ ਬੋਲੇ ਉਹ ਇਸ ਕਰਕੇ ਕਿ ਕਹਾਣੀ ਦੀ ਨਾਇਕਾ ਗੋਲਮਟੋਲ ਆਲੂ ਵਰਗੀ ਕੁੜੀ ਸੀ ਅਸੀਂ ਤਿੰਨੇ ਖੂਬ ਖਿੜਖੜਾ ਕੇ ਹਸੇ ਪਰ ਉਦੋਂ ਡਾਕਟਰ ਦਲੀਪਕੌਰ ਟਿਵਾਣਾ ਮੇਰੇ ਨਾਮ ਤੋਂ ਬਿਲਕੁਲ ਅਨਜਾਨ ਸਨ ਨਾ ਹੀ ਉਹਨਾਂ ਨੂੰ ਇਹ ਪਤਾ ਸੀ ਕਿ ਕਿਸੇ ਜ਼ਮਾਨੇ 'ਚ ਮੈਂ ਵੀ ਉਸੇ ਵਿਕਟੋਰੀਆ ਸਕੂਲ 'ਚ ਪੜਦੀ ਸੀ ਜਿੱਥੇ ਉਹ 1950-51 ਚ ਪੜ੍ਹਦੇ ਰਹੇ ਸਨ ਸਰਨਾ ਸਾਹਿਬ ਕਿਉਂਕਿ ਦਿੱਲੀ 'ਚ ਰਹਿੰਦੇ ਸੀ ਤੇ ਅਸੀਂ ਅਕਸਰ ਕਿਸੇ ਨਾ ਕਿਸੇ ਸਾਹਿਤਿਕ ਮੀਟਿੰਗ 'ਚ ਮਿਲੀ ਜਾਂਦੇ ਸੀ ਉਹਨਾਂ ਨੇ ਦਲੀਪ ਘੋਟੇਵਾਣਾ ਨਾਲ ਮੇਰੀ ਜਾਣ ਪਛਾਣ ਕਰਵਾਉਂਦੇ ਆ ਉਹਨਾਂ ਨੂੰ ਮੇਰੇ ਬਾਰੇ ਦੱਸਿਆ ਟਿਵਾਣਾ ਜੀ ਨੇ ਮੈਨੂੰ ਬੜੇ ਮੋਹ ਭਰੀ ਨਜ਼ਰ ਨਾਲ ਤੱਕਿਆ ਤੇ ਮੈਂ ਝੱਟ ਬੋਲ ਪਈ ਕਿ ਮੈਂ ਵੀ ਤੁਹਾਡੇ ਪਟਿਆਲੇ ਦੀ ਆ ਤੇ ਉਸੇ ਸਕੂਲ 'ਚ 2 ਸਾਲ ਤੱਕ ਪੜ੍ਹਦੀ ਰਹੀ ਆ ਜਿੱਥੇ ਤੁਸੀਂ ਤਾਂਗੇ 'ਚ ਬੈਠ ਕੇ ਸਕੂਲ ਆਉਂਦੇ ਸੀ ਵਿਕਟੋਰੀਆ 'ਚ ਜੀ ਹਾਂ ਤੁਹਾਡੇ ਟਾਂਗੇ ਦੇ ਪਿੱਛੇ ਸਫੈਦ ਚਾਦਰ ਦਾ ਪਰਦਾ ਲੱਗਿਆ ਹੁੰਦਾ ਸੀ ਕਦੇ-ਕਦੇ ਨੀਲੇ ਰੰਗ ਦਾ ਤੁਹਾਨੂੰ ਤਾਂ ਸਭ ਯਾਦ ਹੈ ਬਿਲਕੁਲ ਤੇ ਤੁਹਾਡੀਆਂ ਉਹ ਦੋ ਪਰੀਆਂ ਵਰਗੀਆਂ ਸੋਹਣੀਆਂ ਸੁਨੱਖੀਆਂ ਸਹੇਲੀਆਂ ਵੀ ਮੈਨੂੰ ਯਾਦ ਹਨ ਬਸ ਫੇਰ ਕੀ ਸੀ ਮਹਾਰਾਜਾ ਪਟਿਆਲੇ ਦੇ ਸਾਲੇ ਜੇਜੀ ਸਾਹਿਬ ਦੀ ਕੋਠੀ ਚੈਲਾਂ ਵਾਲੇ ਸਰਦਾਰਾਂ ਦੀ ਕੋਠੀ ਮਹਾਰਾਜਾ ਪਟਿਆਲੇ ਦੀ ਚਹੇਤੀ ਰਾਣੀ ਲੀਲਾ ਤੇ ਲੀਲਾ ਭਵਨ ਬਾਰੇ ਗੱਲਾਂ ਮਹਾਰਾਜੇ ਦੇ ਕੁੱਤੇਖਾਨੇ ਬਾਰੇ ਗੱਲਾਂ किला मुबारक ਵਿੱਚ ਪਈ ਸਿਉਨੇ ਦੀ ਬੱਗੀ ਬਾਰੇ ਗੱਲਾਂ ਗੱਲਾਂ ਹੀ ਗੱਲਾਂ ਸਾਨੂੰ ਦੋਹਾਂ ਨੂੰ ਜਿਵੇਂ ਬਾਕੀ ਦਾ ਸਾਰਾ ਸਾਇਤਿਕ ਮਾਹੌਲ ਮਾਹੌਲ ਭੁੱਲ ਹੀ ਗਿਆ ਪਤਾ ਹੀ ਨਾ ਚਲਿਆ ਕਿ ਕਦੋਂ ਮਹਿੰਦਰ ਸਿੰਘ ਸਰਨਾ ਆਪਣੀ ਮੋਟਰ 'ਚ ਬੈਠ ਕੇ ਚਲੇ ਵੀ ਗਏ ਸਨ ਸਾਡੀਆਂ ਗੱਲਾਂ ਨਾ ਮੁੱਕੀਆਂ ਸਾਇਤਿਕ ਮੀਟਿੰਗ ਚ ਆਏ ਬਹੁਤ ਤੇ ਸਹਿਤਕਾਰ ਚਾਹ ਪਾਣੀ ਪੀਣ ਪਿੱਛੋਂ ਆਪਣੇ ਆਪਣੇ ਘਰ ਜਾ ਚੁੱਕੇ ਸਨ ਬਸ ਰਹਿ ਗਈਆਂ ਸੀ ਅਸੀਂ ਸਿਰਫ 5-6 ਔਰਤਾਂ ਜਿਨ੍ਹਾਂ 'ਚ ਇੱਕ ਡਾਕਟਰ ਦਲੀਪ ਕੌਰ ਦੀ ਭੈਣ ਸੀ ਜੋਨਾ ਦਿਨਾਂ ਚ ਦਿੱਲੀ ਰਹਿੰਦੀ ਸੀ ਜਿੱਥੇ ਆ ਕੇ ਡਾਕਟਰ ਦਲੀਪ ਜੀ ਦਿੱਲੀ ਚ ਠਹਿਰੀ ਹੋਈ ਸਨ ਮੇਰੀਆਂ ਤੇ ਦਲੀਪ ਕੌਰ ਜੀ ਦੀਆਂ ਗੱਲਾਂ ਦੀ ਲੜੀ ਅਜੇ ਵੀ ਟੁੱਟੀ ਨਹੀਂ ਸੀ ਅਸੀਂ ਤਾਂ ਅਜੇ ਵੀ ਗੱਲਾਂ ਹੀ ਗੱਲਾਂ ਚ ਮਹਾਰਾਜੇ ਦੀ ਬਾਰਾਂਦਰੀ ਚ ਦੇਸੋਂ ਵਿਦੇਸੋਂ ਲਿਆ ਕੇ ਲਗਾਏ ਰੁੱਖਾਂ ਦੀ ਠੰਡੀ ਛਾਂ ਨੂੰ ਮਾਣ ਰਹੀਆਂ ਸੀ ਇਸ ਬਾਰਾਂਦਰੀ ਦੇ ਇੱਕ ਇੱਕ ਬੂਟੇ ਤੇ ਇੱਕ ਇੱਕ ਦਰਖਤ ਬਾਰੇ ਟਿਵਾਨਾ ਨੂੰ ਪੂਰੀ ਪੂਰੀ ਜਾਣਕਾਰੀ ਹਾਸਲ ਸੀ ਪਰ ਮੈਨੂੰ ਤਾਂ ਸਿਰਫ ਅਦਾਲਤ ਬਾਜ਼ਾਰ किला चौक दाना मंडी ਗੋੜ ਮੰਡੀ ਕਾ ਮੰਡੀ ਪੁਲਿਸ ਲਾਈਨ ਤੋਪਖਾਨਾ ਮੋੜ ਹਾਥੀਖਾਨਾ ਗੁਰਦੁਆਰਾ ਦੁੱਖ ਨਿਵਾਰਨ ਆਦਿ ਹੀ ਥੋੜੀ ਬਹੁਤ ਸੋਜੀ ਹੈ ਜਾਂ ਫਿਰ ਕਾਲੀ ਦੇਵੀ ਦੇ ਮੰਦਰ ਬਾਰੇ ਬਾਰਾਂਦਰੀ ਵਿੱਚਲੇ ਫੁੱਲਾਂ ਬੂਟਿਆਂ ਦਾ ਗਿਆਨ ਮੈਨੂੰ ਬਹੁਤਾ ਨਹੀਂ ਹਾਂ ਇਸ ਬਾਰਾਂਦਰੀ 'ਚ ਇੱਕ ਬਹੁਤ ਉੱਚਾ ਸਿੰਬਲ ਦਾ ਰੁੱਖ ਹੈ ਜ ਜਿਹਦੀ ਉਦਾਹਰਣ ਮੇਰੇ ਪਿਤਾ ਜੀ ਗੁਰਬਾਣੀ ਦੀ ਤੁਕ ਦੌਰਾਂ ਦੇ ਅਕਸਰ ਸਾਨੂੰ ਦਿੰਦੇ ਹੁੰਦੇ ਸੀ ਸਿੰਮਲ ਰੁੱਖ ਸਰਾਇਰਾ ਅਤਿ ਦੀਰਗਤਮੁਚ ਇਸ ਕਰਕੇ ਇਸ ਦਰਖਤ ਨੂੰ ਮੈਂ ਤੇ ਮੇਰੇ ਬੇਬੇ ਜੀ ਅਕਸਰ ਦੁੱਖ ਨਿਵਾਰਨ ਦੇ ਰਾਹ ਜਾਂਦੇ ਜ਼ਰੂਰ ਦੇਖਦੇ ਜੋ ਉੱਚਾ ਬਹੁਤ ਸੀ ਪਰ ਉਹਨੂੰ ਕੋਈ ਮਿੱਠਾ ਫਲ ਨਹੀਂ ਸੀ ਲੱਗਦਾ ਨਾ ਹੀ ਉਹਦੇ ਉੱਤੇ ਬੈਠੇ ਪੰਛੀ ਠੰਡੀ ਛਾਇਆ ਦਾ ਇਹ ਆਨੰਦ ਮਾਣ ਸਕਦੇ ਸੀ ਮੇਰੇ ਪਿਤਾ ਜੀ ਸਾਨੂੰ ਗੁਰਬਾਣੀ ਵਿਚਾਰ ਸਮੇ ਸਮਝਾਉਂਦੇ ਹੁੰਦੇ ਸਨ ਕਿ ਉਹ ਸੋਚਾਈ ਦਾ ਕੀ ਫਾਇਦਾ ਜ ਜਿਹਦੀ ਛਾਇਆ ਹੋਰ ਨਾਲ ਨੂੰ ਠੰਡਕ ਨਾ ਪਹੁੰਚਾ ਸਕੇ ਤੇ ਉਸ ਰੁੱਖ ਦਾ ਕੀ ਲਾਭ ਜਿਦੇ ਫੁੱਲ ਫਿੱਕੇ ਹੋਣ ਤੇ ਫਲ ਬਕਪਕੇ ਜਿਨ੍ਹਾਂ ਨੂੰ ਪੰਛੀ ਵੀ ਨਾ ਖਾ ਸਕਣ ਭਾਵ ਮਨੁੱਖ 'ਚ ਹਮੇਸ਼ਾ ਨਿਮਰਤਾ ਤੇ ਮਿੱਠੀ ਬਾਣੀ ਬੋਲਣ ਦਾ ਗੁਣ ਹੋਣਾ ਬਹੁਤ ਜ਼ਰੂਰੀ ਹੈ ਖੈਰ ਮੈਂ 12 ਦਰੀ ਦੇ ਦਰਖਤਾਂ ਬਾਰੇ ਵਿਚਾਰ ਕਰਦੀ ਹੋਈ ਡਾਕਟਰ ਦਲੀਪ ਕਰਨੂ ਸਿਰਫ ਉਸ ਸਿੰਬਲ ਦੇ ਰੁੱਖ ਦੀ ਜਾਣ ਪਛਾਣ ਬਾਰੇ ਹੀ ਦੱਸ ਸਕੇ ਪਰ ਉਹਨਾਂ ਨੇ 12 ਦਰੀ ਬਾਰੇ ਮੈਨੂੰ ਬਹੁਤ ਕੁਝ ਦੱਸਿਆ ਖਾਸ ਕਰਕੇ ਮੈਂ ਆਪਸੀ ਗੱਲ ਕਹਿ ਰਹੀ ਆਂ ਡਾਕਟਰ ਦਲੀਪ ਕੌਰ ਵਿੱਚ ਤਾਂ ਨਿਮਰਤਾ ਵਾਲਾ ਗੁਣ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਉਹਨਾਂ ਦੇ ਵਿਦਿਆਰਥੀ, ਉਹਨਾਂ ਦੇ ਸਾਥੀ, ਸਹਿਦਕਾਰ ਤੇ ਹੋਰ ਮੇਰੇ ਵਰਗੇ ਬਹੁਤ ਸਾਰੇ ਲੋਕ ਉਹਨਾਂ ਦੇ ਗੁਣਾਂ ਨੂੰ ਜਾਣਦੇ ਤਾਂ ਜ਼ਰੂਰ ਹਨ ਪਰ ਉਹਨਾਂ ਦੇ ਸਾਰੇ ਗੁਣਾਂ ਦੀ ਬੋਲ ਕੇ ਜਾਂ ਲਿਖ ਕੇ ਦੱਸਣ ਦੀ ਸਮਰੱਥਾ ਤਾਂ ਨਹੀਂ ਨਾ ਰੱਖਦੇ। ਅਮਰਤਾ ਪ੍ਰੀਤਮ ਤੋਂ ਪਿਛੋਂ ਅਗਲੀ ਪੀੜੀ 'ਚ ਡਾਕਟਰ ਦਲੀਪ ਕੌਰ ਦਾ ਨਾਂ ਲੈਂਦੇ ਆ ਮੈਨੂੰ ਬਹੁਤ ਫਖਰ ਮਹਿਸੂਸ ਹੋ ਰਿਹਾ ਹੈ। ਮੈਨੂੰ ਯਾਦ ਹੈ ਕਿ 1992 ਚ ਸਰਸਵਤੀ ਸਨਮਾਨ ਪ੍ਰਾਪਤ ਕਰਨ ਵਿੱਚੋਂ ਜੋ ਤਕਰੀਰ ਡਾਕਟਰ ਦਲੀਪ ਕੌਰ ਨੇ ਕੀਤੀ ਸੀ ਉਹਦਾ ਇੱਕ ਇੱਕ ਸ਼ਬਦ ਸਾਹਿਤ ਜਗਤ ਲਈ ਬਹੁਤ ਡੂੰਗੇ ਮਾਇਨੇ ਰੱਖਦਾ ਹੈ ਉਹ ਤਕਰੀਰ ਜੋ ਸਰੋਤਿਆਂ ਨੂੰ ਲਿਖਤੀ ਰੂਪ ਚ ਵੰਡੀ ਵੀ ਗਈ ਸੀ ਮੈਂ ਅੱਜ ਤੱਕ ਸਾਂਭ ਕੇ ਰੱਖੀ ਹੈ ਵਕਤ ਮਿਲੇ ਤਾਂ ਬਾਰ ਬਾਰ ਪੜ੍ਹਨ ਲੱਗਦੀ ਹਾਂ ਨਾਵਲੇ ਹਮਾਰਾ ਜੀਵਨਾ ਦੀ ਮੁੱਖ ਪਾਤਰ ਪਾਣੀ ਮੈਨੂੰ ਅੱਜ ਤੱਕ ਜਿਉਂ ਦੀ ਤਿਉਂ ਦਿਖਾਈ ਦਿੰਦੀ ਹੈ ਜੋ ਮੈਂ ਟੀਵੀ ਸਕਰੀਨ ਤੇ ਦੇਖੀ ਸੀ ਕਹਾਣੀ ਦਿੱਲੀ ਦਾ ਨਿਸ਼ਾਨ ਦੀ ਨਾਇਕਾ ਵੀ ਕਿਸੇ ਪਾਠਕ ਨੂੰ ਨਹੀਂ ਭੁੱਲੀ ਹੋਏਗੀ ਇਹਨਾਂ ਦੇ ਨਾਵਲਾਂ ਤੇ ਕਹਾਣੀਆਂ ਦੀ ਬੋਲੀ ਮੂਲ ਰੂਪ ਚ ਮਲਵਈ ਹੁੰਦੀ ਹੈ ਮੇਰੀ ਆਪਣੀ ਬੋਲੀ ਵੀ ਮਲਵਈ ਹੀ ਹੈ ਇਸੇ ਕਰਕੇ ਮੈਨੂੰ ਇਹਨਾਂ ਦੇ ਪਾਤਰਾਂ ਦੀ ਬੋਲਚਾਲ ਬੇਹੱਦ ਰੋਚਕ ਤੇ ਆਨੰਦਮਈ ਲੱਗਦੀ ਹੈ ਕੁਝ ਦਿਨ ਪਹਿਲਾਂ ਅਮਰ ਸਰਵਉਂਦੇ ਹੋਏ ਉਹ ਸਾਡੇ ਹਸਪਤਾਲ ਬਿਆਸਟ ਮੈਨੂੰ ਮਿਲਣ ਲਈ ਆਏ ਤਾਂ ਜਿਵੇਂ ਉਹਨਾਂ ਦੇ ਪਾਠਕ ਚ ਕੁਝ ਪਾਠਕਾਂ ਚ ਖੁਸ਼ੀ ਦੀ ਇੱਕ ਲਹਿਰ ਦੌੜ ਗਈ ਤੇ ਮੇਰੀ ਟਾਡੀ ਪੁੰਝੇ ਨਹੀਂ ਸੀ ਟਿਕਰੀ। ਇਉਂ ਹੀ ਇੱਕ ਦਿਨ ਜਲੰਧਰ ਟੀਵੀ ਉੱਤੇ ਦਲੀਪ ਕੌਰ ਟਿਵਾਣਾ ਉੱਤੇ ਫਿਲਮਾਈ ਗਈ ਡਾਕੂਮੈਂਟਰੀ ਫਿਲਮ ਅਚਾਨਕ ਮੈਨੂੰ ਵੇਖਣ ਦਾ ਮੌਕਾ ਮਿਲਿਆ। ਤਾਂ ਜਿਵੇਂ ਮੈਂ ਟੈਲੀਵਿਜ਼ਨ ਵਿੱਚਲੇ ਦ੍ਰਿਸ਼ਾਂ ਨਾਲ ਇੱਕ ਮਿਕ ਹੋ ਕੇ ਰਹਿ ਗਈ। ਵੈਸੇ ਮੈਂ ਅੱਜਕੱਲ ਖਬਰਾਂ ਤੇ ਯੋਗਾ ਤੋਂ ਇਲਾਵਾ ਹੋਰ ਕੁਝ ਘਾਟੀ ਟੀਵੀ ਉੱਤੇ ਦੇਖਦੀ ਆਂ ਪਰ ਸਾਹਿਤਿਕ ਹਸਤੀਆਂ ਤੇ ਹੋਰ ਕਲਾਕਾਰਾਂ ਨਾਲ ਹੁੰਦੀਆਂ ਮੁਲਾਕਾਤਾਂ ਜੇਕਰ ਦੇਖਣ ਨੂੰ ਮਿਲ ਜਾਣ ਤਮਾ ਜ਼ਰੂਰ ਟੀਵੀ ਅੱਗੇ ਘੰਟਾ-ਘੰਟਾ ਬੈਠੀ ਰਹਿਣੀ ਆ। ਇਸ ਟੀਵੀ ਫਿਲਮ ਚ ਭਾਵੇਂ ਦੂਰਦਰਸ਼ਨ ਵਾਲੇ ਡਾਕਟਰ ਦਲੀਪ ਕੌਰ ਟਿਵਾਣਾ ਦਾ ਪੂਰਾ ਜੀਵਨ ਵੇਰਵਾ ਤੇ ਪੂਰਾ ਸਾਹਿਤਿਕ ਕਾਰਜਤਾਨੀ ਦਰਸਾ ਸਕੇ ਪਰ ਜਿੰਨਾ ਵੀ ਉਹਨਾਂ ਦੀ ਸਮਰਥਾ ਅਨੁਸਾਰ ਦਿਖਾਇਆ ਗਿਆ ਉਹ ਦਰਸ਼ਕਾਂ ਨੂੰ ਇੱਕ ਸੱਚਿਆਰਾ ਜੀਵਨ ਜਿਉਣ ਦੀ ਸੇਧ ਦਿੰਦਾ ਹੈ। ਸ਼ਾਲਾ ਦਲੀਪ ਕੌਰ ਟਿਵਾਣਾ ਨੂੰ ਵੈਗਰੂ ਤੰਦਰੁਸਤੀ ਤੇ ਲੰਮੀ ਉਮਰ ਬਖਸ਼ੀ। ਧੰਨਵਾਦ।